ਦੋਸਤੋ ਕੀ ਹਾਲ ਹੈ ਠੀਕ ਹੋ ਅਸੀਂ ਏਅਰਪੋਰਟ 'ਤੇ ਚੱਲੇ ਹਾਂ ਸਾਡੇ ਦੋਸਤ ਨੇ ਨੂਰ ਹੁਸੈਨ ਸ਼ਹੀਨ ਸਾਹਿਬ ਸਰਗੋਦੇ ਤੋਂ ਤੁਸੀਂ ਜਾਣਦੇ ਹੋ ਉਹਨਾਂ ਨੂੰ ਪਹਿਲੇ ਅੱਜ ਉਹਨਾਂ ਦੇ ਵਾਲਦ ਸਾਹਿਬ ਆ ਰਹੇ ਨੇ ਅਸੀਂ ਉਹਨਾਂ ਨੂੰ ਏਅਰਪੋਰਟ 'ਤੇ ਲੈਣ ਚੱਲੇ ਹਾਂ ਅਤੇ ਮੈਂ ਸਭ ਨੂੰ ਨਾਲ ਲੈ ਕੇ ਜਾਣਾ ਮੈਂ ਇਕੱਲਿਆਂ ਨਹੀਂ ਜਾਣਾ ਇਹਨਾਂ ਨਾਲ ਮੈਨੂੰ ਮੇਰੀ ਨੀਂਦ ਖਰਾਬ ਹੋਈ ਹੈ ਅਤੇ ਇਹਨਾਂ ਦੀ ਵੀ ਖਰਾਬ ਹੋਈ ਹੈ ਸਭ ਤੋਂ ਪਹਿਲਾਂ ਫੋਨ ਜਿਹੜਾ ਨਾ ਮੈਂ ਉਹਨੂੰ ਕਰਾਂਗਾ ਕਮਰ ਸ਼ੀਰ ਸਲਾਮ ਅਲੈਕੁਮ ਹਾਂਜੀ ਕਮਰ ਸਾਹਿਬ ਕੀ ਹਾਲ ਹੈ ਠੀਕ ਹੋ ਸਰ ਜੀ ਉੱਠੋ ਸ਼ਹੀਨ ਸਾਹਿਬ ਦੇ ਜਿਹੜਾ ਨਾ ਵਾਲਾ ਸਾਹਿਬ ਨੇ ਆਉਣਾ ਅਤੇ ਉਹਨਾਂ ਨੂੰ ਏਅਰਪੋਰਟ 'ਤੇ ਲੈਣ ਚੱਲੀਏ ਰੈਡੀ ਹੋ ਜਾਓ ਇੱਕ ਮਿੰਟ 'ਚ ਮੈਂ ਤੁਹਾਡੇ ਦਰਵਾਜ਼ੇ ਦੇ ਅੱਗੇ ਆ ਗਿਆ ਜੀ ਗੱਡੀ ਸਾਡੀ ਰੈਡੀ ਹੈ ਜੀ ਮੈਂ ਹੁਣ ਚੱਲਾਂ ਜੀ ਕਮਰ ਸ਼ੀਰ ਕੋਲ ਪਹਿਲੇ ਉਹਨੂੰ ਨਾਲ ਲੈ ਕੇ ਅਤੇ ਫਿਰ ਜਿਹੜਾ ਨਾ ਅੱਗੇ ਨੂਰ ਹੁਸੈਨ ਨੂੰ ਰੌਣ ਲਾ ਬ੍ਰਦਰ 'ਤੇ ਆ ਗਿਆ ਬ੍ਰਦਰ ਆ ਗਿਆ ਜੀ ਵਾਲੇਕੁਮ ਸਲਾਮ ਹਾਂਜੀ ਕਿੱਥੇ ਚੱਲੇ ਹੋ ਦੁਬਈ ਕੀ ਲੈਣ ਚੱਲੇ ਹੋ ਡਾਕਟਰ ਨੂਰ ਹੁਸੈਨ ਨੂੰ ਫੋਨ ਕਰ ਦਿੱਤਾ ਅਸੀਂ ਜੀ ਹੁਣ ਨੂਰ ਹੁਸੈਨ ਸ਼ਹੀਨ ਕੋਲ ਜਾਣ ਡੇ ਦੇ ਹਾਂ ਅਤੇ ਉਹਨੂੰ ਨਾਲ ਲੈ ਕੇ ਅਤੇ ਫਿਰ ਅਸੀਂ ਜਿਹੜਾ ਨਾ ਏਅਰਪੋਰਟ 'ਤੇ ਜਾਵਾਂਗੇ ਫਿਰ ਉਹਨਾਂ ਦੇ ਵਾਲਦ ਸਾਹਿਬ ਨੂੰ ਲੈ ਕੇ ਅਤੇ ਅਸੀਂ ਵਾਪਸ ਆਵਾਂਗੇ ਚੱਲਦੇ ਹਾਂ ਤੁਹਾਨੂੰ ਏਅਰਪੋਰਟ ਵੀ ਉਠਾਉਂਦੇ ਹਾਂ ਅੱਜ ਸ਼ਾਮ ਦੇ ਲਓ ਜੀ 2:03 ਹੋ ਗਏ ਨੇ ਅਤੇ ਸ਼ਹੀਨ ਸਾਹਿਬ ਦੇ ਅਸੀਂ ਆ ਗਏ ਹਾਂ ਇਹ ਸਾਹਮਣੇ ਉਹਨਾਂ ਨੇ ਨਿਕਲਣਾ ਅੱਲਾ ਕਰੇ ਕਿਤੇ ਨਿਕਲ ਆਉਣ ਅਤੇ ਅਸੀਂ ਜਿਹੜਾ ਨਾ ਹੁਣ ਏਅਰਪੋਰਟ 'ਤੇ ਚਲੇ ਜਾਈਏ ਹੁਣ ਲਓ ਜੀ ਆ ਗਏ ਨੇ ਜੀ ਪਹਿਲਾਂ ਜਿਹੜਾ ਨਾ ਸ਼ਹੀਨ ਸਾਹਿਬ ਅਤੇ ਨਾਲ ਹੀ ਜਿਹੜਾ ਨਾ ਨਾਜ਼ਮ ਸਾਹਿਬ ਆਉਣ ਡੇ ਨੇ ਪਿੱਛੇ ਕਿਤੇ ਵੀ ਕੋਈ ਸੀਨ ਨਹੀਂ ਲਿਆ ਕਿਉਂਕਿ ਮੈਂ ਸੌ ਗਿਆ ਹਾਂ ਮੈਨੂੰ ਨੀਂਦ ਆ ਗਈ ਸੀ ਮੁੰਡੇ ਹੀਲ ਸੌਂਦੇ ਰਹੇ ਨੇ ਲਾ ਕੇ ਖੈਰ ਤੇ ਸ਼ਾਰਜਾ ਏਅਰਪੋਰਟ ਤੋਂ ਅਸੀਂ ਚੱਲਦੇ ਹਾਂ ਚਲੋ ਜੀ ਫਲੈਟ ਲੱਥ ਗਈ ਜੀ ਫਲੈਟ ਲੱਥ ਗਈ ਹੋਣੀ ਹੈ ਪਹਿਲਾਂ ਦੀ ਹੋਈ ਤੁਸੀਂ ਸਰਕਾਰ ਪਾਰਕਿੰਗ ਲਾਉਣੀ ਹੈ ਦੇਖੇ ਤੇ ਉਹ ਮਸਜਿਦ ਹੈ ਜਿਹੜੀ ਉਹ ਇੱਕ ਨਾ ਸੰਜੇ ਦੱਤ ਦੀ ਫਿਲਮ ਹੈ ਉਹ ਆਉਂਦਾ ਉਹਦੇ ਵਿੱਚ ਉਹ ਕੰਮ ਯਲਗਾਰ ਫਿਲਮ ਜੇ ਖਲੋਣ ਦੇਗਾ ਤਾਂ ਵੀਡੀਓ ਬਣੇਗੀ ਨਾ ਉਹ ਬੋਰਡ ਲੱਗਾ ਦਾ ਇੱਧਰ ਨੂੰ ਜਾਣਾ ਸੀ ਹੁਣ ਪਾਰਕਿੰਗ 'ਚ ਗੱਡੀ ਲਾਉਣੀ ਹੈ ਅਤੇ ਫਿਰ ਅੱਲਾ ਖੈਰ ਰੱਖਿਆ ਹਾਏ ਬੋਰਡ ਤਾਂ ਟੋਲੀ ਜਾਣਾ ਹੁਣ ਟੋਕਨ ਕੱਢੋ ਸਰ ਟੋਕਨ 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 ਵਾਲਾ ਦਵਾਈ ਤੂੰ ਅਕਸਰ ਫੋਨ ਵਾਲਾ ਦਬਾ ਖੜਨਾ ਟਿਕਟ ਹੋ ਰਹਾ ਹੋਗਾ ਹੈ ਵੇਖੋ ਜੀ ਹੁਣ ਵਾਹ ਅਮੇਜ਼ਿੰਗ ਸਹੀ ਹੁੰਦੇ ਤੁਸੀਂ ਭਾਵੇਂ ਹੁੰਦੇ 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 ਸਹੀ ਹੁੰਦੇ ਮੈਂ ਨਾ ਸ਼ਾਮੀ ਗੋਆ ਪਸਣ ਗਈ ਤੇ ਮੇਰੀ ਛੜਾ ਨਾ ਮੈਨੂੰ ਸੁਨੇਹਾ ਮਿਲ ਗਿਆ ਸਵੇਰੇ ਤੁਹਾਡਾ ਜਹਾਜ਼ ਜਾਣਾ ਤੇ ਉਹ ਇੱਥੇ ਦੁਬਈ ਆ ਗਈ ਸੁਣ ਲਓ ਗੋਆ ਵੀ ਪਤਾ ਹੀ ਜਾਂਦੇ ਦੱਸੋ ਤੁਸੀਂ ਕਿਉਂ ਆਏ ਹੋ ਏਅਰਪੋਰਟ ਨੂੰ ਲੈਣ ਆਏ ਅੱਛਾ ਲੈਣ ਆਏ ਹੋ ਲੈਣ ਆਏ ਹੋ ਹਾਂਜੀ ਕਿੱਥੇ ਆਏ ਹੋ ਸ਼ਾਰਜਾ ਏਅਰਪੋਰਟ ਤੇ ਆ ਰਹੇ ਆ ਅੱਛਾ ਅਬੂਰਨ ਲੈਣ ਵਾਸਤੇ ਅੱਛਾ ਗੱਡੀ 'ਚ ਨਿੰਦਰ ਕਰਦੇ ਰਹੇ ਨਿੰਦਰ ਵੀ ਨਹੀਂ ਆਈ ਪੂਰੀ ਵੀ ਨਹੀਂ ਹੋਈ ਕਰਾਚੀ ਦੀ ਫਲੈਟ ਆਈ ਹੈ ਅੰਦਰ ਅੱਗੇ ਵੇਖ ਕੇ ਆਏ ਹਾਂ ਅਤੇ ਫਿਰ ਇੱਕ ਵੀ ਦੂਸਰੀ ਵੀ ਉਤਰੀ ਹੁਣ ਵੇਖਦੇ ਹਾਂ ਚੀਜ਼ ਤਾਂ ਸਾਡੇ ਬਾਹਰ ਕੋਈ ਨਹੀਂ ਆਏ ਅੰਦਰ
ਜਾ ਮੁਹੰਮਦ ਬੁੱਢੇ ਨੂੰ ਦੱਸ ਕੇ ਆ ਕੇ ਅਸੀਂ ਆ ਗਏ, ਤੁਸੀਂ ਮੋਬਾਈਲ 'ਚ ਸਿਮ 'ਤੇ ਪਾ ਲਓ। ਇਹ ਕਹਿ ਬਹਿ ਰਿਹਾ ਹੈ, ਇੱਕ ਉਹ ਬਹਿ ਰਿਹਾ ਹੈ, ਇੱਕ ਹੈ ਮੇਰੇ ਨਾਲ ਬਹਿ ਰਿਹਾ ਹੈ। ਅੱਗੇ ਵੀ ਧਿਆਨ ਰੱਖਿਓ, ਮਤਲਬ ਕੈਮਰੇ ਦੇ ਚਾਰਜ ਡੇਗੀ ਪਵੋ ਥੱਲੇ। ਕਿੱਥੇ ਰਹਿ ਗਏ ਨੇ, ਉਹਨਾਂ ਦੀ ਬੋਰਡਿੰਗ ਹੀ ਨਹੀਂ ਹੋ ਰਹੀ ਹੋਣ ਡਈ। ਅਸੀਂ ਭਾਵੇਂ ਇੱਥੇ ਵੜੀਕ ਵੜੀਕ ਕੇ ਬੁੱਢੇ ਹੋ ਜਾਈਏ। ਲਓ ਜੀ, ਇਹ ਸਾਹਮਣੇ ਰੇੜੀ 'ਤੇ ਆ ਰਹੇ ਨੇ ਮੁਹੰਮਦ ਬੁੱਢਾ ਸਾਹਿਬ। ਇਕੱਲੇ ਹੋਣਗੇ ਤੇ ਵੀਡੀਓ ਸਾਫ ਆਏ ਹੋ ਜਾਣਗੇ, ਇਕੱਲੇ ਆ ਗਏ ਨੇ ਸਾਈਡ 'ਤੇ ਜੀ। ਇਹ ਆ ਰਹੇ ਨੇ ਜੀ, ਪਰਾਂ ਕਰ ਲੈ ਯਾਰ ਥੋੜ੍ਹਾ ਜਿਹਾ। ਚਲੋ ਜੀ, ਉਸ ਤੋਂ ਇਲਾਵਾ ਕਿਸੇ ਵੀ ਕਿਸਮ ਦੀ ਕੋਈ ਵੀ ਗੱਡੀ ਪਾਰਕਿੰਗ ਚਲਾਈ ਸੀ ਤੇ ਪਹਿਲਾਂ ਪੇ ਕਰਨ ਲੱਗੇ ਆ ਪਾਰਕਿੰਗ, ਤੇ ਜਵਾਨ ਇੱਧਰ ਵੀ ਲੱਗੇ। ਸਿਲੈਕਟ ਇੰਗਲਿਸ਼, ਸਕੈਨ ਟਿਕਟ, ਹੈਪੀ ਗੁੱਡ ਸਕੈਨ ਹੋ ਗਈ। ਸਿਲੈਕਟ ਯੂ ਪ੍ਰੀਫਰ ਪੇਮੈਂਟ ਮੈਥਡ, ਇਹ ਜਿਹੜਾ ਕੈਸ਼ ਪੇ ਕਰਨਾ ਹੈ। ਇਹ ਜੀ ਅਸੀਂ 20 ਰੁਪਏ ਦਾ ਨੋਟ ਇੱਥੇ ਭਰਦੇ, ਉਹਨੇ ਖਿੱਚ ਲਿਆ, ਇਹ ਤੁਹਾਡੇ ਦੇਣਾ, ਬਾਕੀ ਪੈਸੇ ਆ ਗਏ ਨੇ। ਇਹਨੇ ਇੰਝ ਕਰਨਾ ਹੁੰਦਾ, 250 ਰੁਪਇਆ ਤਿਆਰ ਰੱਖੀ ਬਹੁ ਜਿਹੜਾ ਨਾ ਗੱਡੀ ਤੋਂ ਲਏ ਹੋਣ, ਇਹਨੇ ਵਿੱਚ ਸਿਗਰਟ ਲਵਾਈ, ਉਹਦਾ ਜੁਰਮਾਨਾ ਪੱਕੀ ਗੱਲ ਦੇਣਾ। ਉਹ ਇਸ ਤਰ੍ਹਾਂ ਤੇ ਨਹੀਂ ਨਾ ਹੋ ਸਕਦਾ ਕਿ ਨਾਲਦਾ ਜਿਹੜਾ ਨਾ ਹੁਣ ਇਹਨੂੰ ਮਾਫ਼ੀ ਮਿਲੇ। ਬਾਏ ਬਾਏ ਸ਼ਾਰਜਾ ਏਅਰਪੋਰਟ। ਹਾਂਜੀ ਬਾਏ ਬਾਏ, ਐਕਸੀਡੈਂਟ ਦਾ ਬੋਰਡ ਦੇਖ ਲਓ, ਨੈਕਸਟ ਫਿਰ ਮਿਲਾਂਗੇ ਤੁਹਾਨੂੰ ਕਿਸੇ ਹੋਰ ਵੇਲੇ। ਗੁੱਡ ਬਾਏ, ਲਾਸਟ ਸੀ ਦੀ ਗੱਲ।